2007 ਚ ਹੋਈ ਸੀ। ਮੇਰਾ ਨਾਮ ਪਰਮਜੀਤ ਆ, ਮੇਰੇ ਹਸਬੈਂਡ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਸੀ, ਜਿਨ੍ਹਾਂ ਦੀ ਡੈਥ 2 ਦਸੰਬਰ ਨੂੰ ਹੋ ਗਈ ਸੀ। ਇਹਨਾਂ ਨੇ ਮੇਰੇ 'ਤੇ ਝੂਠਾ ਪਰਚਾ ਕਰਾਇਆ ਕਿ ਮੈਂ ਉਹਨਾਂ ਨੂੰ ਪੋਇਜ਼ਨ ਦੇ ਕੇ ਮਾਰਿਆ, ਮੇਰੇ ਨਾਲ ਕੋਈ ਸਾਥੀਆਂ ਦਾ ਨਾਲ ਆਇਆ, ਜਿਹੜੀ ਕਿ ਗੱਲ ਬਿਲਕੁਲ ਝੂਠੀ ਹੈ। ਇਹਨਾਂ ਨੇ ਹੁਣ ਵੇਖੋ, ਮੈਂ 6 ਮਾਰਚ ਨੂੰ ਮੇਰੀ ਜ਼ਮਾਨਤ ਹੋ ਗਈ, ਮੈਂ ਜਦੋਂ ਘਰ ਆਈ ਹਾਂ ਇਹ ਮੈਨੂੰ ਘਰ ਨਹੀਂ ਵੜਨ ਦੇਣਦੇ, ਇਹ ਬੱਚੇ ਬੇਦਖਲ ਨੇ, 3 ਭੈਣ ਭਰਾ 2 ਨੂੰਹਾਂ ਜਵਾਈ। ਹੁਣ ਇਹ ਕਦੀ ਅਦਾਲਤ 'ਚ ਜਾ ਕੇ ਮੇਰਾ ਪਿੱਛਾ ਕਰਨ ਦੇ, ਕਦੀ ਕੁਛ ਕਰਦੇ, ਜਿਹੜੇ ਸਾਰੇ ਮੇਰੇ ਕੋਲ ਪਰੂਫ ਹੈ, ਇਹਨਾਂ ਮੈਨੂੰ ਕੁਛ ਵੀ ਮਰਵਾ ਸਕਦੇ, ਕੁਛ ਵੀ ਕਰ ਸਕਦੇ ਆ। ਇਹ ਮੁੰਡਾ ਨਸ਼ੇ ਕਰਦਾ ਅਤੇ ਕਹਿੰਦਾ ਨਸ਼ੇ ਵੇਚਦਾ ਵੀ ਹੈ, ਇਹਨਾਂ ਤੋਂ ਮੈਨੂੰ ਬਹੁਤ ਜ਼ਿਆਦਾ ਖਤਰਾ ਬਣਿਆ। ਹੁਣ ਵੇਖੋ, ਮੈਂ ਕਦੀ ਆਪਣੇ ਭੈਣ ਭਰਾਵਾਂ ਕੋਲ ਰਹਿ ਰਹੀ ਕਦੀ ਕਿਤੇ, ਮੈਂ ਕਿੱਥੇ ਜਾਵਾਂ? ਮੈਨੂੰ ਇੱਥੇ ਇਨਸਾਫ਼ ਸਫ਼ਾਈ ਦਾ, ਮੈਂ ਆਪਣੇ ਘਰ ਜਾਣਾ ਚਾਹੁੰਦੀ ਹਾਂ। ਮੇਰੀ ਬੇਨਤੀ ਹੈ ਕਿ ਮੇਰੀ ਜਿਹੜੀ ਹੈ ਸੀਐਮ ਤੱਕ ਗੱਲ ਪਹੁੰਚਾਈ ਜਾਵੇ ਕਿ ਇੱਦਾਂ ਔਰਤਾਂ ਨਾਲ ਧੱਕਾ ਹੋ ਰਿਹਾ ਵਾ, ਕੋਈ ਇਨਸਾਫ਼ ਨਹੀਂ ਮਿਲਦਾ ਪਿਆ। ਹਾਂਜੀ, ਮੈਂ ਪੁਲਿਸ ਕੰਪਲੇਂਟ ਵੀ ਕੀਤੀ ਹੈ ਜੀ। ਪੁਲਿਸ ਇਹੋ ਕਹਿੰਦੀ ਵੀ ਤੁਹਾਡਾ ਘਰ ਤੁਸੀਂ ਜਾ ਸਕਦੇ ਜੇ, ਅਸੀਂ ਜ਼ਬਰਦਸਤੀ ਨਹੀਂ ਵੜ ਸਕਦੇ ਜੀ। ਜਦੋਂ ਇਹਨਾਂ ਨੇ ਤਾਲੇ ਲਾਏ ਆ, ਤਾਲੇ ਡਬਲ ਡਬਲ ਤਾਲੇ ਲਾ ਕੇ ਅੰਦਰ ਗੁੰਡੇ ਬਿਠਾ ਕੇ ਬੈਠੇ ਰਹਿੰਦੇ ਆ, ਤਾਂ ਮੈਂ ਕਿੱਦਾਂ ਵੜ ਸਕਦੀ ਹਾਂ? ਇਕੱਲੀ ਜਨਾਨੀ, ਮੇਰਾ ਕੋਈ ਬੱਚਾ ਨਹੀਂ ਹੈਗਾ, ਮੈਨੂੰ ਇਹਨਾਂ ਤੋਂ ਖਤਰਾ ਹੀ ਖਤਰਾ ਹੈ। ਹਾਂਜੀ, ਮੈਂ ਅੱਜ ਘਰ ਆਈ ਹਾਂ ਪਰ ਮੈਨੂੰ ਵੜਨ ਨਹੀਂ ਦਿੰਦੇ, ਮੈਂ ਪਹਿਲਾਂ ਵੀ ਆਈ ਹਾਂ, ਇਸ ਤਰ੍ਹਾਂ ਗੇਟ ਬੰਦ ਕਰ ਲੈਂਦੇ। ਮੇਰਾ ਪਤਾ ਲੱਗਾ ਵੀ ਮੇਰੇ ਨਾਲ ਸਮਾਨ ਸਮੂਨ ਵੇਚ ਦਿੱਤਾ ਆ, ਮੇਰਾ ਗਹਿਣਾ ਆ, ਮੇਰਾ 10 ਲੱਖ ਰੁਪਈਆ ਕੈਸ਼ ਵੀ, ਜਿਹੜੀ ਮੈਂ ਪਹਿਲੇ ਦਿਨ ਤੋਂ ਦਰਖਾਸਤਾਂ ਦੇ ਰਹੀ ਹਾਂ ਵੀ ਇਹਨਾਂ ਨੂੰ ਮੈਨੂੰ ਚੋਰੀ ਕਰਨ ਦਾ ਹੈਗਾ ਕਿ ਇਹਨਾਂ ਮੇਰਾ ਸਾਰਾ ਕੁਛ ਕੱਢ ਲਿਆ। ਹੁਣ ਬਾਹਰ ਮੈਨੂੰ ਮਹੱਲੇਦਾਰੀ ਤੋਂ ਪਤਾ ਲੱਗਿਆ ਵੀ ਇਹ ਸਮਾਨ ਕੱਢ ਕੇ ਲੈ ਗਏ। ਹਾਂਜੀ ਹਾਂਜੀ, ਇਹ ਅਮਲੀ ਹੈ, ਵੇਖੋ ਇਹਦਾ ਵੀ ਇੱਥੇ ਕੀਤਾ ਜਾਵੇ ਤਾਂ ਵੇਖੋ ਕਰ ਰਿਹਾ ਵਾ। ਹਾਂਜੀ, ਪਿਓ ਇਹਨਾਂ ਨੇ ਜਦੋਂ ਡੈਥ ਹੋਈ ਪਿਓ ਨੂੰ ਇਹਨੇ ਮੁੰਡੇ ਨੇ ਆਪ ਕੁੱਟਿਆ ਪਹਿਲਾਂ। ਹਾਂਜੀ, ਤੇ ਦੂਜੀ ਗੱਲ ਇਹ ਹੈ ਵੀ ਇਹਦੀ ਭੈਣ ਨੇ ਜਾਲੀ ਸਰਟੀਫਿਕੇਟ ਬਣਾਇਆ, ਆਪਣੀ ਉਮਰ ਵਧਾਈ ਘਟਾਈ ਆ, ਇਹਨਾਂ ਨੂੰ ਸ਼ੱਕ ਇਹ ਹੈ ਵੀ ਇਹ ਅੰਦਰ ਜਾ ਕੇ ਕੋਈ ਪ੍ਰੂਫ ਲੱਭੇਗੀ ਤੇ ਦੇਗੀ ਤੇ ਇਹਦੀ ਨੌਕਰੀ ਨੂੰ ਖਤਰਾ ਹੋਏਗਾ। ਇਹ ਸਾਰੇ ਇਸ ਤਰ੍ਹਾਂ ਕਰਕੇ ਹੇਰਾ ਫੇਰੀਆਂ ਕਰਦੇ ਆ। ਮੈਂ ਅੱਜ ਨਹੀਂ ਜਾਊਂਗੀ, ਕਦੀ ਵੀ ਨਹੀਂ ਜਾਊਂਗੀ, ਮੈਂ ਇੱਥੇ ਬੈਠੀ ਰਹੂੰਗੀ, ਮੈਂ ਆਪਣੇ ਘਰ ਦੇ ਅੰਦਰ ਐਂਟਰ ਨਹੀਂ ਹੋਣਾ। ਸਾਥੀਓ, ਅੱਜ ਦਾ ਜਿਹੜਾ ਵਿਸ਼ੇ ਹੈਗਾ ਸਾਡੇ ਇੱਥੇ ਜਿਹੜੇ ਮੈਡਮ ਹੈਗੀ ਹੈ ਪੰਜੀਤ, ਪਰਮਜੀਤ, ਜੈ ਭੀਮ, ਜੈ ਭਾਰਤ। ਮੈਂ ਓਮ ਪ੍ਰਕਾਸ਼, ਰਿਟਾਇਰ ਇੰਪਲਾਈ ਸੈਲ ਪੰਜਾਬ ਪ੍ਰਧਾਨ, ਔਰ ਅੱਜ ਜਿਹੜਾ ਬੀਬੀ ਪਰਮਜੀਤ ਕੌਰ ਜੀ ਜਿਹੜੇ ਕੋਲ ਆਏ ਨੇ ਅਸੀਂ, ਔਰ ਉਹ ਸਾਡੇ ਕੋਲ ਚੱਲ ਕੇ ਆਏ ਸੀ ਉੱਥੇ, ਔਰ ਉਹਨਾਂ ਨੇ ਆਪਣਾ ਦੁੱਖ ਦਰਦ ਦੱਸਿਆ, ਔਰ ਉਸ ਦੁੱਖ ਦਰਦ ਨੂੰ ਲੈ ਕੇ ਅੰਬੇਡਕਰ ਸਮਾਜ ਦਲ ਔਰ ਸਾਡੇ ਮਾਨਣੀਏ ਰਵੇਲਾ ਜੀ ਔਰ ਹੋਰ ਜਿੰਨੇ ਵੀ ਜਥੇਬੰਦੀਆਂ ਹੈਗੀਆਂ ਨੇ ਵਾਲਮੀਕ ਸਮਾਜ ਤੋਂ, ਉਹ ਸਾਰੇ ਆਏ ਨੇ ਕਿ ਵੀ ਬੀਬੀ ਨਾਲ ਨਾਇਨਸਾਫ਼ੀ ਹੋ ਰਹੀ ਹੈ, ਔਰ ਉਹਨੂੰ ਘਰ ਦਾ ਮਾਲਕ ਹੋਣ ਦੇ ਬਾਵਜੂਦ ਵੀ ਉਹਨੂੰ ਘਰ ਅੰਦਰ ਵੜਨ ਨਹੀਂ ਦਿੱਤਾ ਜਾਣ ਰਿਹਾ, ਅਤੇ ਉਹਦੇ ਬਾਵਜੂਦ ਵੀ, ਔਰ ਉਹਦੇ ਨਾਲ ਪ੍ਰਸ਼ਾਸਨ ਵੀ ਹੈ ਔਰ ਉਹਦੇ ਨਾਲ ਨਾਲ ਮੀਡੀਆ ਵੀ ਸਾਡਾ ਸਾਥ ਦੇ ਰਿਹਾ, ਔਰ ਉਸ ਬੀਬੀ ਦੇ ਨਾਲ ਬੇਇਨਸਾਫ਼ੀ ਹੋ ਰਹੀ ਹੈ, ਔਰ ਇਹ ਜਿਹੜੀ ਬੇਇਨਸਾਫ਼ੀ ਹੈ ਜਾਂ ਕਿ ਨਹੀਂ ਹੋਣੀ ਚਾਹੀਦੀ, ਕਿਉਂਕਿ ਉਹ ਬੱਚੇ ਜਿਹੜੇ ਹੈਗੇ ਨੇ ਬੇਦਖਲ ਹੈਗੇ ਨੇ, ਔਰ ਇਹ ਬੀਬੀ ਘਰ ਦੀ ਮਾਲਕ ਨਹੀਂ ਹੈਗੀ ਹੈ, ਉਹਨੂੰ ਅੰਦਰ ਵੜਨ ਨਹੀਂ ਦਿੱਤਾ ਜਾ ਰਿਹਾ, ਅਤੇ ਅਸੀਂ ਚਾਹੁੰਦੇ ਕਿ ਵੀ ਉਸ ਬੀਬੀ ਨੂੰ ਇਨਸਾਫ ਮਿਲੇ ਔਰ ਉਹਨੂੰ ਇਨਸਾਫ ਮਿਲ ਕੇ ਉਹਨੂੰ ਅੰਦਰ ਵਾੜਿਆ ਜਾਵੇ ਘਰ ਦੇ ਵਿੱਚ ਪ੍ਰਸ਼ਾਸਨ ਦੀ ਮਦਦ ਦੇ ਨਾਲ, ਔਰ ਅਸੀਂ ਅੱਗੇ ਚਾਹੁੰਦੇ ਕਿ ਜੋ ਅਗਰ ਉਹਨੂੰ ਇਨਸਾਫ ਨਾ ਮਿਲਿਆ ਤੇ ਉਹਦੇ ਨਾਲ ਜਿੰਨਾ ਵੀ ਸਾਡਾ ਵਾਲਮੀਕ ਸਮਾਜ ਔਰ ਸਾਡਾ ਅੰਬੇਡਕਰ ਸਮਾਜ ਦਲ, ਉਹ ਜੋ ਵੀ ਹੋਏਗਾ ਉਸ ਵੇਲੇ ਦੇ ਮੁਤਾਬਕ ਉਹਦਾ ਨਿਰਣੇ ਲਿੱਤਾ ਜਾਏਗਾ, ਔਰ ਉਹਨਾਂ ਦਾ ਧੱਕਾ ਨਹੀਂ ਹੋਣ ਦਿੱਤਾ ਜਾਏਗਾ, ਉਹਨਾਂ ਬੀਬੀ ਨੂੰ ਘਰ ਵਾੜਿਆ ਜਾਏਗਾ। ਜੈ ਭੀਮ, ਜੈ ਭਾਰਤ ਸਰ। ਪਹਿਲੀ ਗੱਲ ਤਾਂ ਇਹ ਜੀ, ਇਹ ਸਿਟੀ ਦਾ ਏਰੀਆ, ਮੈਂ ਹੈਗਾ ਚੌਂਕ ਇੰਚਾਰਜ ਬਲ ਕਲਾਂ, ਠੀਕ ਹੈ ਜੀ। ਇਹ ਭੈਣ ਜੀ ਕਹਿ ਰਹੇ ਨੇ ਵੀ ਇਹ ਮੇਰਾ ਘਰ ਆ, ਜਿਹੜਾ ਮਰਨ ਵਾਲਾ ਭਾਗ ਸਿੰਘ ਆ, ਮੈਂ ਉਹਦੀ ਵਾਈਫ ਹਾਂ, ਮੇਰਾ ਰਾਈਟ ਹੈ ਘਰ ਵਿੱਚ, ਮੈਂ ਘਰ ਵਿੱਚ ਜਾਣਾ, ਆਪਣੇ ਘਰ ਵਿੱਚ ਜਾਵੇ, ਉਸ ਦੇ ਵਿੱਚ ਕੀ ਕਰ ਸਕਦੀ ਹੈ? ਮੈਂ ਤਾਂ ਤਾਲਾ ਤੋੜਨਾ ਨਹੀਂ ਗਾ, ਨਾ ਧੱਕੇ ਨਾਲ ਵਾੜਨਾ, ਨਾ ਕੱਢਣਾ ਜੀ, ਠੀਕ ਹੈ ਜੀ। ਜੇ ਉਹਨਾਂ ਦਾ ਘਰ ਹੈ ਤਾਂ ਆਪਣੇ ਘਰ ਜਾਣ, ਜਾਣਾ ਚਾਹੀਦਾ ਉਹਨਾਂ ਨੂੰ ਆਪਣੇ ਘਰ। ਨਹੀਂ ਜੀ, ਕੋਈ ਪੁਲਿਸ ਕੰਪਲੇਂਟ ਨਹੀਂ, ਕੋਈ ਕੁਛ ਨਹੀਂ ਜੀ, ਇਹ ਸਿਟੀ ਦਾ ਏਰੀਆ, ਉੱਥੇ ਦੇਣ ਜੀ, ਸਾਡਾ ਏਰੀਆ ਨਹੀਂ ਗਾ, ਸਾਡਾ ਏਰੀਆ ਪਿੱਛੋਂ ਖਤਮ ਹੋ ਜਾਂਦਾ।